ਵਾਹਿ ਖਾਲਸਾ ਵਾਹਿ ਫਤਿਹ। ਪ੍ਰੋਗਰਾਮ ਮਨ ਕੀ ਬਾਤ ਵਿੱਚ ਪੰਜਾਬੀ ਟ੍ਰਿਬਿਊਨ ਦੀ ਹਮੇਸ਼ਾ ਸਰਕਾਰ ਹੈ। 30 ਦਿਨਾਂ ਦਾ ਰਿਪੋਰਟ ਕਾਰਡ ਭਗਵੰਤ ਮਾਨ, ਇਹ ਰਿਪੋਰਟ ਕਾਰਡ ਤੁਹਾਨੂੰ ਪੜ੍ਹ ਕੇ ਸੁਣਾਤਾ ਸੀ। ਇੱਕ ਨੁਕਤਾ ਜਿਹਦੀ ਮੈਂ ਕੱਲ੍ਹ ਵਿਆਖਿਆ ਨਹੀਂ ਕਰ ਸਕਿਆ ਪੂਰੀ ਤਰ੍ਹਾਂ, ਉਹ ਇਸ ਪ੍ਰਕਾਰ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਦਾ ਡਾਕਟਰ ਬੀ ਆਰ ਅੰਬੇਦਕਰ ਦੀਆਂ ਤਸਵੀਰਾਂ, ਜਿਸ ਦਾ ਡਾਕਟਰ ਅੰਬੇਦਕਰ ਦੀ ਤਸਵੀਰ ਹੈ ਉਹ ਤਾਂ ਲਾਣੀ ਮੁਬਾਰਕ ਹੈ, ਕਿਉਂਕਿ ਉਹ ਇੱਕ ਸੈਕੂਲਰ ਇਨਸਾਨ ਸਨ ਅਤੇ ਬਹੁਤ ਵਧੀਆ ਇਨਸਾਨ ਸਨ। ਪਰ ਭਗਤ ਸਿੰਘ ਇੱਕ ਭੁੱਲੜ ਦੇਸ਼ ਭਗਤ ਸੀ, ਜਿਹਨੇ ਦੇਸ਼ ਭਗਤੀ ਦੀ ਕੱਟੜਤਾ 'ਚ ਪੈ ਕੇ ਆਪਣਾ ਧਰਮ ਹੀ ਤਿਆਗਤਾ, ਜਿਹਨੇ ਕੇਸ ਕਟਾ ਤੇ ਅਤੇ ਟੋਪੀ ਪਾ ਲਈ। ਜਿਹੜਾ ਬੰਦਾ ਦੇਸ਼ ਭਗਤੀ ਦੀ ਕੱਟੜਤਾ 'ਚ ਪੈ ਕੇ ਕੇਸ ਕਟਾ ਸਕਦਾ, ਜਿਹੜਾ ਬੰਦਾ ਗੁਰੂ ਦਾ ਸੱਕਾ ਨਹੀਂ ਉਹ ਕਿਸੇ ਦਾ ਸੱਕਾ ਨਹੀਂ। ਅਤੇ ਉਹ ਅੰਦਰੋਂ ਬੰਦਾ ਪੂਰਾ ਕੌਮ ਨਹੀਂ ਸੀਗਾ, ਸਰਦਾ ਸਿੱਖ ਨਿਆਣੀ ਸੀ ਭਗਤ ਸਿੰਘ। ਅਤੇ ਇਹਨਾਂ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਕੰਜਰ ਨੇ, ਇਹਨਾਂ ਨੇ, ਮੈਂ ਭਗਵੰਤ ਮਾਨ ਕੰਜਰ ਤਾਂ ਨਹੀਂ ਕਹਿੰਦਾ ਪਰ ਤੁਸੀਂ ਅਕਲ ਵਿੱਚ ਵੀ ਘੱਟ ਹੀ ਹੈ, ਇਹ ਕੇਜਰੀਵਾਲ ਦਾ ਪਿੱਛੇ ਲੱਗ ਹੈਗਾ। ਇਹਨਾਂ ਨੇ ਉਹਨੂੰ ਦੇਸ਼ ਉਹਨੂੰ ਮਾਣ ਦੇ ਦਿੱਤਾ ਭਗਤ ਸਿੰਘ ਨੂੰ, ਉਹਦੀ ਟੋਪੀ ਵਾਲੀ ਫੋਟੋ। ਮੈਂ ਕਹਿੰਦਾ ਫਿਰ ਜਿੰਨੇ ਪੰਜਾਬ ਦੇ ਬੰਦੇ ਨੇ ਸਰਦਾਰ ਇਹ ਪ੍ਰੇਰਨਾ ਲੈ ਲੈਣ, ਫਿਰ ਕੇਸ ਦਾ ਟੋਪੀਆਂ ਪਾ ਲਓ, ਉਹਦਾ ਤੁਸੀਂ ਲਾਓ ਪੱਗ ਟੋਪੀ ਪਾ ਲਓ, ਫਿਰ ਟੋਪੀ ਇੰਨੀ ਚੰਗੀ ਲੱਗਦੀ ਹੈ। ਇਹ ਗੁੱਝੀ ਚਾਲ ਹੈ ਕਮਿਊਨਿਸਟਾਂ ਦੀ ਸਿੱਖਾਂ ਨੂੰ ਥੱਲੇ ਲਾਉਣ ਦੀ, ਕਿ ਜਿੰਨੀਆਂ ਵੀ ਕਿਸਾਨਾਂ ਦੀਆਂ ਮੌਤਾਂ ਹੋਈਆਂ ਨੇ, ਪੁਰਾਣੀਆਂ ਤੇਰੀ ਮੌਤ 'ਤੇ ਪਹਿਰਾ ਜਾ ਕੇ ਠੋਕ ਕੇ ਆ ਰਹੀਆਂ ਨੇ ਪੱਗਾਂ, ਇਹ ਸਭ ਕੋਟ ਖਾਣ ਵਾਲੇ ਨੇ ਸਮੇਤ ਕੇਜਰੀਵਾਲ ਦੇ। ਭਗਵਾਨ ਜੀ ਤੁਹਾਨੂੰ ਕੁੜਦਾ ਤਾਂ ਨਹੀਂ, ਪਰ ਅਗਰ ਤੁਹਾਡੇ ਥੋੜ੍ਹੀ ਥੋੜ੍ਹੀ ਜਿਹੀ ਘੱਟ ਹੈ, ਤੁਸੀਂ ਨਾ ਕੇਜਰੀਵਾਲ ਥੱਲੇ ਲੱਗ ਕਿਸੇ ਵੇਲੇ ਮੇਰੇ ਕੋਲ ਬਹਿ ਜਾਓ ਅਤੇ ਬਹਿ ਕੇ ਤੁਹਾਨੂੰ ਸਮਝਾਵਾਂ ਗੁਰਬਾਣੀ ਕੀ ਹੈ, ਇਤਿਹਾਸ ਕੀ ਹੈ, ਸਿਹਤ ਮਰਿਆਦਾ ਕੀ ਹੈ, ਸੇਵਾ ਦਾ ਸਿਮਰਨ ਕੀ ਹੈ, ਅਤੇ ਜੇ ਤੁਸੀਂ ਮੇਰੇ ਨਾਲ ਰਲ ਜਾਓ ਅਤੇ ਆਪਾਂ ਫਿਰ ਰਾਮਖਿਆਲ ਬੰਦੇ ਹੋਰ ਲਾ ਲਾਂਗੇ ਅਤੇ ਪੰਜਾਬ ਨੂੰ ਸਵਰਗ ਬਣਾਵਾਂਗੇ। ਅਪੋਜੀਸ਼ਨ ਵਿੱਚੋਂ ਆਪਾਂ ਕਿਸੇ ਬਾਜੋ ਸ਼ਾਜੋ ਨੂੰ ਨਹੀਂ ਮਾਣ ਦੇਣਾ, ਨਾ ਰਾਜੇ ਵੜਿੰਗ ਨੂੰ, ਨਾ ਆਸ਼ੂ ਕੁੱਤੇ ਨੂੰ, ਆਪਾਂ ਭਗਵਾਨ ਜੀ ਮਾਣ ਦੇਣਾ ਜੇ ਤੁਹਾਨੂੰ ਚੰਨੀ ਸਾਹਿਬ ਨੂੰ, ਜਿਹੜੇ ਸਹੀ ਇਨਸਾਨ ਹੈ, ਔਰ ਜਿਨ੍ਹਾਂ ਨੇ ਚੰਨੀ ਸਾਹਿਬ ਨੂੰ ਹਰਾਇਆ ਉਹਨਾਂ ਨੂੰ ਪੰਜਾਬ 'ਚੋਂ ਨਿਕਾਲਾ ਮਿਲਣਾ ਚਾਹੀਦਾ। ਔਰ ਜਿਹੜੇ ਚਮਕੌਰ ਸਾਹਿਬ ਦੇ ਜਾਂ ਦੂਜੀ ਜਗ੍ਹਾ 'ਤੇ ਚੰਨੀ ਸਾਹਿਬ ਲੜੇ ਸੀ ਇਲੈਕਸ਼ਨ, ਜਿਨ੍ਹਾਂ ਨੇ ਚੰਨੀ ਰੋਡ ਨਹੀਂ ਪਾਏ ਉਹਨਾਂ ਨੂੰ ਧੱਕੇ ਮਾਰ ਕੇ ਪੰਜਾਬ 'ਚ ਉਪਾਲ ਕਰ ਦੇਣਾ ਚਾਹੀਦਾ। ਜਿਹੜੇ ਲੋਕ ਇਨਸਾਨੀਅਤ ਦੇ ਮਿੱਤਰ ਨੇ, ਪੈਸੇ ਦੇ ਮਿੱਤਰ ਨੇ, ਉਹ ਇਨਸਾਨ ਪੰਜਾਬ 'ਚ ਬਰਦਾਸ਼ਤ ਨਹੀਂ ਕੀਤੇ ਜਾਣਗੇ, ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ। ਅਤੇ ਹੁਣ ਮੈਂ ਅਗਲੀ ਗੱਲ ਇਹ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ, ਤੁਸੀਂ ਕਹਿੰਦੇ ਹੋ ਵੀ ਸਾਡੀ ਸਰਕਾਰ ਜਿਹੜੀ ਹੈ ਉਹ ਬਾਕੀ ਪਾਰਟੀਆਂ ਨਾਲ ਫਰਕ ਹੈ, ਮੈਂ ਕਹਿੰਦਾ ਤੁਹਾਡੀ ਸਰਕਾਰ ਰਿਸ਼ਵਤਖੋਰਾਂ ਦੀ ਸਰਕਾਰ ਹੈ। ਭਗਵੰਤ ਉਹਨੇ ਕੀ ਕਿਹਾ ਕੰਜਰ ਕੇਜਰੀਵਾਲ ਨੇ ਵੀ ਜਿਹੜਾ ਸਾਡੀ ਪਾਰਟੀ ਨੂੰ ਵੋਟ ਪਾਏ ਬੀਬੀਆਂ ਦੇ ਖਾਤੇ 'ਚ 1000 ਰੁਪਏ ਪਾ ਜਾਂਗੇ, ਨਹੀਂ ਬੀਬੀਆਂ ਸਾਡੇ ਭੁੱਖਾ ਮਰਦਾ ਹੀ ਨਹੀਂ, ਬਜਾਏ 300 ਯੂਨਿਟ ਬਿਜਲੀ ਫਰੀ ਦੇਣ ਦੇ ਇਹ ਕੋਈ ਕਹਿੰਦੇ ਰੁਜ਼ਗਾਰ ਦਿਆਂਗੇ। ਤੁਸੀਂ ਭਾਈ ਸਿਆਣੇ ਕੋਈ ਨਹੀਂ ਹੈਗੇ, ਅੰਦਰੋਂ ਕੰਮ ਲਈ ਹੈਗੇ ਹੋ, ਤੁਸੀਂ ਹੁਣ ਪੈ ਗਏ ਖਜ਼ਾਨੇ ਦੇ ਬੋਝ ਨੂੰ ਸੋਚੀ ਪੈ ਗਏ, ਕਿੱਥੋਂ ਪੈ ਪੂਰੇ ਕਰੀਏ, ਯਾਨੀ ਫਰੀ ਚੀਜ਼ ਦੇ ਕੇ ਵੋਟਾਂ ਖਾਣਾ ਚਾਹੁੰਦੇ ਹੋ। ਵੇਖਿਆ ਤਾਂ ਹਿੰਦੁਸਤਾਨ ਦੀ ਇਕੱਲੀ ਇਕੱਲੀ ਪਾਰਟੀ ਕੋਟ ਖਾਣ ਵਾਲੀ ਹੈ ਸਵਾ ਚੰਨੀ ਸਾਹਿਬ ਦੇ, ਹਰ ਪਾਰਟੀ ਸਿਰਫ ਵੋਟ ਅਤੇ ਨੋਟ ਛਾਪ ਰਹੀ ਹੈ ਸਮੇਤ ਤੁਹਾਡੀ ਪਾਰਟੀ ਦੇ। ਹਾਂ ਤੁਹਾਡੇ 'ਚ ਕੋਈ ਅਕਲ ਦੀਆਂ ਗੱਲਾਂ ਹੈਗੀਆਂ ਨੇ, ਪਰ ਬੋਝੀਆਂ ਗਾਂ ਤੁਹਾਡੀਆਂ ਬੇਅਕਲੀ ਦੀਆਂ ਨੇ, ਉਹਦੇ ਨੂੰ ਮਿਲਣਾ ਹੀ ਪੈਣਾ। ਵਾਹਿਗੁਰੂ ਵਾਹਿਗੁਰੂ।